ਵੀਡੀਓ ਦੇਖਣ ਤੋਂ ਪਹਿਲਾਂ ਸੱਚ ਦਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਜਰੂਰ ਕਲਿੱਕ ਕਰੋ। 13-14 ਦਸੰਬਰ ਦੀ ਰਾਤ ਨੂੰ ਫਰੀਦਕੋਟ ਬਠਿੰਡਾ ਨੈਸ਼ਨਲ ਹਾਈਵੇ ਉੱਤੇ ਲੁਟੇਰਿਆਂ ਦੁਆਰਾ ਫਰੀਦਕੋਟ ਦੇ ਨੇੜੇ ਪਿਸਤੌਲ ਦੀ ਨੋਕ ਤੇ ਇੱਕ ਕਾਰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਦੁਆਰਾ ਪਿਸਤੌਲ ਦਿਖਾ ਕੇ ਡਰਾਈਵਰ ਤੋਂ ਕਾਰ ਅਤੇ ਨਕਦੀ ਖੋਹ ਲਈ ਗਈ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਸਫਲਤਾ ਹਾਸਲ ਕਰਦੇ ਹੋਏ ਸਿਰਫ 24 ਘੰਟਿਆਂ ਵਿੱਚ ਹੀ ਲੁੱਟੀ ਹੋਈ ਕਾਰ ਅਤੇ 5 ਆਰੋਪੀਆਂ ਨੂੰ ਦੇਸੀ ਪਿਸਤੌਲ ਅਤੇ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ। ਉਹਨਾਂ ਦੀ ਦਰਮਿਆਨੀ ਰਾਤ ਨੂੰ ਇੱਕ ਸਵਿਫਟ ਗੱਡੀ ਦੇ ਵਿੱਚ ਇੱਕ ਡਰਾਈਵਰ ਜਾ ਰਿਹਾ ਸੀ ਅਤੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਕੋਲ ਜਿਹੜੀਆਂ ਨਹਿਰਾਂ ਦੇ ਕੋਲ 5 ਬਦਮਾਸ਼ ਜਿਹੜੇ ਯੰਗਸਟਰਸ ਨੇ ਇਹ ਬੀਟ ਸ਼ੈਵਰਲੇ ਬੀਟ ਜਿਹੜੀ ਗੱਡੀ ਆ ਉਹਦੇ 'ਚ ਆਏ। ਉਹਨਾਂ ਨੇ ਉਹਦੇ ਗੱਡੀ ਦੇ ਅੱਗੇ ਲਾ ਕੇ ਉਹਨੂੰ ਰੋਕ ਕੇ ਅਤੇ ਪਿਸਤੌਲ ਅਤੇ ਆ ਚਾਕੂ ਦਿਖਾ ਕੇ ਉਹਨੂੰ ਗੱਡੀ 'ਚੋਂ ਲਾਹਤਾ ਅਤੇ ਉਹਦੀ ਗੱਡੀ ਲੈ ਕੇ ਫਰਾਰ ਹੋ ਗਏ। ਇਹ ਸਾਡੀ ਜਿਹੜੀ ਟੀਮ ਹੈ ਨਾਲ ਦੀ ਨਾਲ ਤਾਂ ਵਿਦ ਇਨ ਮਿਨਟਸ ਇਹ ਐਕਸ਼ਨ 'ਚ ਆ ਗਏ ਅਤੇ ਆਉਂਦੇ ਸਾਰ ਹੀ ਇਹਨਾਂ ਨੇ ਇਹ 24 ਘੰਟਿਆਂ ਦੇ ਅੰਦਰ ਅੰਦਰ ਨਾ ਕੇਵਲ ਗੱਡੀ ਰਿਕਵਰ ਕਰਾ ਲਈ ਪਰ 5 ਦੋਸ਼ੀ ਜਿੰਨੇ ਨੇ ਸਮੇਤ ਉਹਨਾਂ ਦੇ ਜੋ ਵਰਤੇ ਹੋਏ ਹਥਿਆਰ ਇਹਨਾਂ ਨੇ ਕਾਬੂ ਕਰ ਲਏ ਸਾਡੀ ਟੀਮ ਨੇ। ਔਰ ਮੈਂ ਆਪਣੀ ਟੀਮ ਨੂੰ ਬਹੁਤ ਵਧਾਈ ਦਿੰਦਾ ਇਸ 'ਤੇ। ਇਹਦੇ 'ਚ ਸਪੈਸ਼ਲ ਰੈਫਰੈਂਸ ਜਿਹੜਾ ਹੈਗਾ ਸਾਡਾ ਇੰਚਾਰਜ ਸਿਟੀ ਇਕਬਾਲ ਸਿੰਘ ਅਤੇ ਇਹਦੇ ਨਾਲ ਨਾਲ ਜਿਹੜੀ ਸਾਡੀ ਟੀਮ ਹੈ ਸਾਡੇ SP ਡੀ ਸੇਵਾ ਸਿੰਘ ਅਤੇ DSP ਜਸਤਿੰਦਰ ਸਿੰਘ ਇਹਨਾਂ ਨੇ ਬੜੀ ਮੁਸ਼ਤੈਦੀ ਦੇ ਨਾਲ ਬੜੀ ਮਿਹਨਤ ਦੇ ਨਾਲ ਇਸ ਨੂੰ ਵਿਦ ਇਨ ਰਿਕਾਰਡ ਟਾਈਮ ਇਹ ਸੋਲਵ ਕੀਤਾ। ਇਹ ਵਧਾਈ ਦੇ ਪਾਤਰ ਨੇ। ਇਹਨਾਂ ਕੋਲੋਂ ਫਿਲਹਾਲ 2 ਕਾਰਾਂ ਅਤੇ ਇੱਕ ਇਹ ਜਿਹੜਾ ਪਿਸਟਲ ਹੈ 12 ਬੋਰ ਦਾ ਕੱਟਾ ਹੈ, ਇੱਕ ਚਾਕੂ ਜਿਹੜਾ ਇਹ ਬੜਾ ਯੂਨੀਕ ਜਿਹਾ ਚਾਕੂ ਇਹਨਾਂ ਨੇ ਔਨਲਾਈਨ ਕਹਿੰਦੇ ਅਸੀਂ ਮੰਗਵਾਇਆ ਸੀਗਾ, ਕਾਫੀ ਕਮਾਨੀਦਾਰ ਹੋਰ ਤਰ੍ਹਾਂ ਦਾ ਇਹਨਾਂ ਨੇ ਹੈਗਾ ਯੰਗਸਟਰਸ ਨੇ। ਔਰ ਅਸੀਂ ਦੇਖ ਰਹੇ ਹਾਂ ਵੀ ਇਹ ਇਹਨਾਂ ਦੇ ਕੋਈ ਪਾਸਟ ਰਿਕਾਰਡ ਹੋਵੇ ਜਾਂ ਇਹਨਾਂ ਨੇ ਹੋਰ ਕੋਈ ਵਾਰਦਾਤਾਂ ਕੀਤੀਆਂ ਹੋਣ। ਮੋਸਟਲੀ 5 ਜਿਹੜੇ ਹੈਗੇ ਨੇ ਫਿਰੋਜ਼ਪੁਰ ਦੇ ਇਲਾਕੇ ਦੇ ਰਹਿਣ ਵਾਲੇ ਨੇ ਸਾਰੇ। ਬਿਲਕੁਲ ਹੋਏਗਾ ਪਰ ਹਲੇ ਅਸੀਂ ਫਰਦਰ ਇਨਵੈਸਟੀਗੇਸ਼ਨ 'ਚ ਆ। 5 ਆਦਮੀਆਂ ਦਾ ਗੈਂਗ ਹੈ, 5 ਯੰਗਸਟਰਸ ਨੇ ਇਹਨਾਂ ਦਾ ਗੈਂਗ ਹੈ। ਮਕਸਦ ਹਮੇਸ਼ਾ ਇਹਨਾਂ ਦਾ ਜਿਹੜਾ ਇੰਡੀ ਗੈਂਗ ਜਿਹਦੇ ਕੋਲ ਹਥਿਆਰ ਹੋਣ ਇਹ ਲੁੱਟਖੋ ਦਾ ਹੀ ਮਕਸਦ ਹੁੰਦਾ ਇਹਨਾਂ ਦਾ। ਅਤੇ ਅਸੀਂ ਨਹੀਂ ਸੋਚਦੇ ਵੀ ਇਹਨਾਂ ਨੂੰ ਕਾਰਾਂ ਨੂੰ ਜਾ ਕੇ ਕਿਤੇ ਵੇਚਣ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਹੋਣਾ। ਸੋ ਇਹਨਾਂ ਕਾਰਾਂ ਦੇ ਉੱਤੇ ਜਾ ਕੇ ਇਹਨਾਂ ਨੇ ਕੋਈ ਨਾ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਤ ਨਾਲ ਇਹਨਾਂ ਨੇ ਇਹ ਕੰਮ। ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ, ਸੱਚ ਦਾ ਸੁਨੇਹਾ।